ਤਾਂ ਨੌਜਵਾਨ ਨੇ ਆਪਣੇ ਹੀ ਪਿਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦਾ ਹੈ ਅਤੇ ਹਸਪਤਾਲ ਦੇ ਵਿੱਚ ਉਸਦਾ ਇਲਾਜ ਚੱਲ ਰਿਹਾ। ਤਾਂ ਮਿਲੀ ਜਾਣਕਾਰੀ ਅਨੁਸਾਰ ਹੁਣ ਇਸ ਸੰਬੰਧੀ ਪਰਿਵਾਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਕਿ ਉਹਨਾਂ ਦੇ ਕੋਲ ਦੋ ਅਸਲੇ ਸੀ, ਇੱਕ ਨੂੰ ਉਹਨਾਂ ਦੇ ਵੱਲੋਂ ਜਮ੍ਹਾਂ ਕਰਵਾ ਦਿੱਤਾ ਗਿਆ ਸੀ, ਜਦਕਿ ਜਿਹੜਾ ਦੂਸਰਾ ਅਸਲਾ ਸੀ ਉਹ ਠੀਕ ਹੋਣ ਦੇ ਲਈ ਆਇਆ ਸੀ। ਤਾਂ ਜਦ ਇਸਦੀ ਸਫਾਈ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਪੁੱਤ ਦੇ ਕੋਲੋਂ ਗੋਲੀ ਚੱਲ ਜਾਂਦੀ ਹੈ, ਜਿਸ ਦੇ ਕਾਰਨ ਉਸਦੇ ਪਿਤਾ ਦੀ ਮੌਤ ਹੋ ਗਈ। ਤਾਂ ਜਦ ਉਹ ਰੱਖਣ ਲੱਗਿਆ ਤਾਂ ਉਸਨੂੰ ਵੀ ਗੋਲੀ ਲੱਗ ਜਾਂਦੀ ਹੈ, ਜਿਸ ਕਾਰਨ ਉਹ ਵੀ ਗੰਭੀਰ ਜ਼ਖਮੀ ਹੋ ਜਾਂਦਾ। ਤਾਂ ਪਰਿਵਾਰ ਦੇ ਵੱਲੋਂ ਇਹ ਬਿਆਨ ਦਰਜ ਕਰਵਾਏ ਗਏ ਨੇ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇਸ ਨੌਜਵਾਨ ਨੇ ਆਪਣੇ ਪਿਤਾ ਨੂੰ ਗੋਲੀ ਮਾਰੀ ਸੀ, ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ, ਜਦਕਿ ਇਸਦੇ ਵੱਲੋਂ ਫਿਰ ਖੁਦ ਨੂੰ ਗੋਲੀ ਮਾਰੀ ਗਈ ਤਾਂ ਉਹ ਵੀ ਜ਼ਖਮੀ ਹੋ ਜਾਂਦਾ। ਪਰ ਪਰਿਵਾਰ ਦੇ ਵੱਲੋਂ ਹੁਣ ਪੁਲਿਸ ਨੂੰ ਇਹ ਬਿਆਨ ਦਰਜ ਕਰਵਾਇਆ ਗਿਆ ਕਿ ਬੰਦੂਕ ਦੀ ਸਫਾਈ ਦੇ ਦੌਰਾਨ ਉਸਦੇ ਵਿੱਚੋਂ ਗੋਲੀ ਚੱਲੀ, ਜਿਸ ਕਾਰਨ ਉਸਦੇ ਪਿਤਾ ਦੀ ਮੌਤ ਹੋਈ, ਜਦਕਿ ਬੰਦੂਕ ਨੂੰ ਰੱਖਦੇ ਸਮੇਂ ਤਾਂ ਉਸਨੂੰ ਖੁਦ ਨੂੰ ਗੋਲੀ ਲੱਗੀ। ਤਾਂ ਪੁਲਿਸ ਨੇ ਹੁਣ ਇਸ ਸੰਬੰਧੀ ਪਰਿਵਾਰ ਦਾ ਬਿਆਨ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਅੰਮ੍ਰਿਤਸਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਵਿਦੇਸ਼ ਜਾਣ ਨੂੰ ਲੈ ਕੇ ਪਿਓ ਪੁੱਤ ਦੇ ਵਿੱਚ ਹਮੇਸ਼ਾ ਕਲੇਸ਼ ਰਹਿੰਦਾ ਸੀ, ਜਿਸ ਦੇ ਵਿੱਚ ਹੁਣ ਪਿਤਾ ਦੀ ਮੌਤ ਹੋ ਗਈ, ਜਦਕਿ ਪੁੱਤ ਗੰਭੀਰ ਜ਼ਖਮੀ ਹੈ ਅਤੇ ਹਸਪਤਾਲ ਦੇ ਵਿੱਚ ਦਾਖਲ ਹੈ। ਤਾਂ ਦੱਸ ਦਈਏ ਕਿ ਪੁੱਤ ਦਾ ਅੱਜ ਹੀ 12ਵੀਂ ਦਾ ਰਿਜ਼ਲਟ ਆਇਆ ਸੀ ਅਤੇ ਉਸਦੇ ਵਿੱਚੋਂ ਉਹ ਪਾਸ ਹੋ ਗਿਆ ਸੀ। ਮਾਮਲਾ ਜੀ ਨੰਗਲੀ ਪਿੰਡ ਦੇ ਪਿਓ ਪੁੱਤਰ ਸੀਗੇ ਰੁਪਿੰਦਰ ਸਿੰਘ ਅਤੇ ਅਮਰਦੀਪ ਸਿੰਘ। ਉੱਥੇ ਕੋਈ ਅਚਾਨਕ ਗੰਨ ਗੁੰਨ ਸਾਫ਼ ਕਰ ਰਿਹਾ ਸੀ, ਗੰਨ ਠੀਕ ਕਰਵਾ ਕੇ ਲਿਆਈ ਦੇਖ ਰਹੇ ਸੀ, ਉਹਦੇ 'ਚ ਕੋਈ ਫਾਇਰ ਨਿਕਲ ਗਿਆ ਤਾਂ ਆਪਸ ਵਿੱਚ ਪਿਓ ਪੁੱਤਾਂ ਨੇ ਲੱਗ ਗਿਆ। ਸਰ ਕਿੰਨੇ ਫਾਇਰ ਚੱਲੇ? ਫਾਇਰ ਦੋ ਹੀ ਚੱਲੇ ਆ, ਤਾਂ ਪਿਓ ਪੁੱਤਾਂ ਦੇ ਆਪਸ ਵਿੱਚ ਲੱਗ ਗਿਆ। ਪਹਿਲਾਂ ਪਿਤਾ ਦੇ ਲੱਗ ਗਿਆ, ਗੰਦ ਰੱਖਣ ਲੱਗਾ ਅਤੇ ਆਪਣੇ ਕਾਕੇ ਦੇ ਲੱਗ ਗਿਆ। ਉਹਦੇ ਵਿੱਚ ਜੋ ਉਹਦੇ ਭਰਾ ਨੇ ਸਾਨੂੰ ਸਟੇਟਮੈਂਟ ਦਿੱਤੀ ਉਹਦੇ ਮੁਤਾਬਕ ਅਸਲਾ ਜਮ੍ਹਾਂ ਸੀ, ਇਹਨਾਂ ਦੋ ਅਸਲੇ ਸੀ, ਜਮ੍ਹਾਂ ਕਰਵਾਇਆ ਸੀ, ਇੱਕ ਅੱਜ ਹੀ ਠੀਕ ਕਰਵਾ ਕੇ ਲਿਆ, ਕਹਿੰਦੇ ਠੀਕ ਕਰਵਾ ਦਿੰਦੇ ਹਾਂ, ਗਏ ਸੀ ਜਮ੍ਹਾਂ ਕਰਾਉਣ। ਕੀ ਨਾਮ ਹੈ ਉਹਨਾਂ ਦਾ ਅਤੇ ਕਿੰਨੀ ਉਮਰ ਹੈ ਜੀ ਆਪਣਾ ਬੱਚੇ ਦੀ? ਬੱਚੇ ਦੀ 18-19 ਸਾਲ ਹੈ ਜੀ। ਅੱਛਾ, ਅਤੇ ਉਹਨਾਂ ਦੇ ਪਾਪਾ ਦੀ? ਉਹਨਾਂ ਨੂੰ 40-45 ਸਾਲ ਆਊਗੀ। ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ? ਕਾਰਵਾਈ ਤਫਤੀਸ਼ ਕਰ ਰਹੇ ਹਾਂ, ਦੌਰਾਨ ਤਫਤੀਸ਼ ਜੋ ਉਹਦੇ ਘਰ ਦੇ ਬਿਆਨ ਦੱਸਣਗੇ ਉਹ ਕਰਾਂਗੇ ਜੀ। ਅਸਲੇ ਨੂੰ ਜ਼ਬਤ ਕਰ ਲਿਆ? ਅਸਲਾ ਦੇਖ ਲੈਣ ਜਾ ਕੇ ਤਲਾਸ਼ੀ ਲੈਣੀ ਉਹਨਾਂ ਦੀ ਘਰ ਦੀ ਹੈ ਕਿ ਨਹੀਂ। ਨਹੀਂ, ਆਪਸ ਵਿੱਚ ਇਹਨਾਂ ਡਿਸਪਿਊਟ ਕੋਈ ਨਹੀਂ ਗਾ, ਜੋ ਉਹਦੇ ਭਰਾ ਨੇ ਦੱਸਿਆ ਵੀ ਉਹ ਵੀ ਉੱਥੇ ਲੱਗ ਗਏ ਸੀਗਾ, ਗੰਨ ਠੀਕ ਕਰਵਾ ਕੇ ਲਿਆਏ ਸੀ, ਉਹਨੇ ਫੜ ਲਈ, ਪਾਪਾ ਦਿਖਾ ਮੈਂ ਠੀਕ ਕਰਨਾ, ਦਿਖਾ ਮੈਨੂੰ, ਉਹਦੇ ਵਿੱਚ ਕਿਤੇ ਰੌਂਦ ਸੀਗੇ ਜੇ ਦੁਕਾਨ 'ਤੇ ਲਾਈ, ਉਹ ਅਚਾਨਕ ਕਿਤੇ ਨਿਕਲਿਆ ਫਾਇਰ ਤਾਂ ਉਹਦੇ ਬਾਪ ਦੇ ਲੱਗ ਗਿਆ, ਜਦੋਂ ਰੱਖਣ ਲੱਗਾ ਤਾਂ ਦੂਜਾ ਫਾਇਰ ਉਹਦੇ ਲੱਗ ਗਿਆ ਅਚਾਨਕ। ਉਹ ਕਿੱਦਾਂ ਲੱਗ ਗਿਆ? ਉਹਨੇ ਰੱਖਿਆ ਅਤੇ ਉਹ ਲੱਗ ਗਿਆ, ਦੂਜੇ ਦੇ ਪਾਸੇ ਕਿਵੇਂ ਲੱਗ ਗਿਆ ਫਿਰ? ਇਹ ਮੈਂ ਮੌਕੇ 'ਤੇ ਹੈ ਨਹੀਂ, ਮੈਨੂੰ ਪਤਾ ਨਹੀਂ, ਮੈਨੂੰ ਤਾਂ ਜੋ ਸਟੇਟਮੈਂਟ ਦਿੱਤੀ ਉਹਦੇ ਭਰਾ ਨੇ ਉਹਦੇ ਮੁਤਾਬਕ ਮੈਨੂੰ ਦੱਸਦਾ ਜਿਹੜਾ ਲੱਗੇ ਸੀਗਾ। ਅਜੇ ਤਾਂ ਹਸਪਤਾਲ ਆ ਰਹੇ ਹਾਂ, ਹਸਪਤਾਲ ਉਹਨਾਂ ਦੇ ਦੇਖ ਕੇ ਡਾਕਟਰ ਸਾਹਿਬ ਦੀ ਰਾਏ ਲੈ ਕੇ ਹੁਣ ਉਹਨਾਂ ਦੇ ਘਰ ਚੱਲਾਂਗੇ, ਉਹ ਜਾ ਕੇ ਦੇਖਾਂਗੇ ਆਪਾਂ। ਡੈਥ ਬਾਰੇ ਦੱਸਿਆ ਨਹੀਂ ਕੋਈ ਜੀ, ਇਲਾਜ ਚੱਲ ਰਿਹਾ। ਹਾਂਜੀ, ਨਹੀਂ ਪਿਓ ਪੁੱਤਾਂ ਦੀ ਰੰਜਿਸ਼, ਛੋਟਾ ਬੱਚਾ, ਬੱਚੇ ਦੀ ਕਦੀ ਰੰਜਿਸ਼ ਹੋਣੀ ਸੀ? ਉਕਸਾਉਣ ਵਾਲੀ ਗੱਲ ਹੀ ਕੋਈ ਨਹੀਂ, ਤੇ ਬੱਚੇ ਨੂੰ ਕਹਿੰਦਾ ਉਕਸਾਉਣਾ ਸੀਗਾ। ਸਰ ਕਹਿੰਦੇ ਪਏ ਨੇ ਬੱਚੇ ਦਾ ਅੱਜ ਰਿਜ਼ਲਟ ਸੀ, ਬਾਹਰ ਹਾਂ ਰਿਜ਼ਲਟ ਲੈ ਕੇ ਆਇਆ ਸੀਗਾ, ਦੱਸਿਆ ਪਤਾ।